ਸਾਸਰੀ ਕਾਲਜੀ ਮੈਂ ਜਗਜੀਤ ਕੌਰ ਲੋਕਤੱਤ ਚੈਨਲ ਤੋਂ ਅੱਜ ਸੁਣਾਉਣੀ ਆ ਪੰਜਾਬੀ ਸਟੋਰੀ ਚੰਗੀ ਲੱਗੇ ਤਾਂ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਭੈਣ ਭਰਾ ਜੁੜੇ ਜਿਹੜੇ ਭੈਣ ਭਰਾ ਪਹਿਲਾਂ ਹੀ ਜੁੜੇ ਹੋਏ ਤਾਂ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਪਲੀਜ਼ ਸਾਨੂੰ ਬਹੁਤ ਹੈਲਪ ਮਿਲਦੀ ਹੈ ਸ਼ੇਅਰ ਕਰਨਾ ਤਾਂ ਆਪਾਂ ਸੁਣਾਉਂਦੇ ਆ ਹੁਣ ਪੰਜਾਬੀ ਸਟੋਰੀ ਤਾਂ ਬਹੁਤਾਂ ਮਹੀਨਾ ਸੀ ਜ਼ੋਰਦਾਰ ਮੀਂਹ ਪੈ ਰਿਹਾ ਸੀ ਰਾਤ ਦੇ 8 ਵਜੇ ਹੋਏ ਸੀ ਤੇ ਸ਼ਾਂਤੀ ਨਾਂ ਦੀ ਇੱਕ ਭੈਣ ਉਹ ਬਹੁਤ ਹੀ ਮਤਲਬੋਂ ਜ਼ਿਆਦਾ ਟੈਂਸ਼ਨ ਦੇ ਵਿੱਚ ਸੀ। ਉਹਨੂੰ ਬੜੀ ਚਿੰਤਾ ਸੀ। ਉਹਦੀ ਨਿਗਾ ਦਰਵਾਜ਼ੇ ਕੰਨੀ ਸੀ ਵਾਰ-ਵਾਰ। ਹਰ ਮਿੰਟ ਉਹਦਾ ਨਿਗਾ ਦਰਵਾਜ਼ੇ ਜਾਂਦੀ ਸੀ। ਕਿਉਂਕਿ ਉਹਦੀ ਧੀ ਇੱਕ ਡਾਕਟਰ ਸੀ। ਤਾਂ ਉਹ ਸੰਡੇ ਦਾ ਦਿਨ ਸੀ, ਸੰਡੇ ਵਾਲੇ ਦਿਨ ਉਹ ਕੀ ਸੀ ਬਸਤੀ ਜਾਂਦੀ ਦੀ ਗਰੀਬਾਂ ਦੀ ਚ। ਗਰੀਬਾਂ ਨੂੰ ਫ੍ਰੀ ਦਵਾਈ ਦੇਣ ਵਾਸਤੇ, ਚੈੱਕਅਪ ਕਰਨ ਵਾਸਤੇ ਗਰੀਬਾਂ ਦਾ। ਹਰ ਸੰਡੇ ਜਾਂਦੀ ਸੀ। ਤਾਂ ਉਹ ਟੈਂਸ਼ਨ ਦੇ ਵਿੱਚ ਸੀ। ਰਾਤ ਦੇ 8:00 ਵਜੇ ਦਵਾਰੋਂ ਦਰਵਾਜ਼ਾ ਖੜਕਿਆ ਬੈਲ ਵੱਜੀ ਤਾਂ ਗਈ ਜਾ ਕੇ ਖੋਲਿਆ ਤਾਂ ਉਹਦੀ ਬੇਟੀ ਆ ਗਈ ਤਾਂ ਜਿਹੜੀ ਮੰਮੀ ਸੀ ਸ਼ਾਂਤੀ ਉਹ ਕੰਮਣ ਲੱਗਦੀ ਟੈਨਸ਼ਨ ਦੀ ਮਾਰ ਤੇ ਬੇਟੀ ਨੇ ਵੀ ਦੇਖ ਲਿਆ ਉਸੇ ਟਾਈਮ ਇਹ ਮੇਰੀ ਮੰਮੀ ਕੰਬ ਰਹੀ ਏ ਤਾਂ ਕਹਿਣ ਲੱਗੀ ਮਾਂ ਵੀ ਮੈਂ ਤਾਂ ਆ ਗਈ ਤੈਨੂੰ ਕੀ ਹੋ ਗਿਆ ਉਹ ਸਮਝੀ ਸਿਆਉਦੀ ਮਾਂ ਨੂੰ ਕਹਿੰਦੀ ਵੀ ਇੰਨਾ ਵਕ ਵੇਲਾ ਕਰਤਾ ਤੂੰ ਕਹਿੰਦੀ ਕੋਈ ਨਹੀਂ ਮਾਂ ਘਵੇਲਾ ਹੋ ਗਿਆ ਮੈਨੂੰ ਕਹਿੰਦੀ ਜੇ ਤੈਨੂੰ ਪਤਾ ਹੈ ਮੀਂਹ ਪਈ ਜਾਂਦਾ ਤੂੰ ਕਿਉਂ ਜਾਣੀ ਹੈ ਕਹਿੰਦੀ ਕੰਡੀਨ ਕਿਉਂ ਦੀ ਨਾਮ ਕਰਦੀ ਉਹ ਬਹੁਤ ਗੁੱਸੇ ਚ ਆ ਗਈ ਇਹਦੀ ਮਾਂ ਸਾਰੀ ਗੱਲ ਦੱਸੂਗੀ ਤੈਨੂੰ ਕਹਿੰਦੀ ਮਾੜਾ ਜਾ ਫਰੈਸ਼ ਹੋ ਕੇ ਆ ਜਾ ਹੱਥ ਪੈਰ ਧੋ ਕੇ ਤਾਂ ਕੁੜੀ ਵਿਚਾਰੀ ਆਪਦਾ ਫਰੈਸ਼ ਹੋ ਕੇ ਆ ਗਈ ਤਾਂ ਉਹਦੀ ਮੰਮੀ ਨੇ ਉਦੋਂ ਤਿਆਰੀ ਕਰ ਲਈ ਖਾਣੇ ਦੀ ਤਾਂ ਦੋਨੇ ਮਾਵਾਂ ਧੀਏ ਖਾਣੇ ਤੇ ਬਹਿ ਗਈਆਂ ਕਹਿੰਦੀ ਰੂਬੀ ਹੁਣ ਦੱਸ ਵੀ ਤੂੰ ਕਿਉਂ ਕਹਿੰਦੀ ਮੇਰੇ ਲਹੂ ਪੀਂਦੀ ਐ ਕਹਿੰਦੀ ਦੇਖ ਮੇਰੇ ਕੋਲ ਕੋਈ ਨਹੀਂ ਗੱਲਬਾਤ ਕਰਨ ਵਾਲਾ ਇੱਕ ਸੰਡੇ ਦੀ ਛੁੱਟੀ ਹੁੰਦੀ ਹੈ ਕਹਿੰਦੀ ਮੈਂ ਡੀਕਦੀ ਆਂ ਵੀ ਆਪਾਂ ਮਾਵਾਾਂ ਧੀਆ ਆਪਣੀ ਗੱਲਾਂ ਕਰਾਂਗੇ ਬਹਿ ਕੇ ਉਹਦੇ ਕਹਿੰਦੀ ਤੂੰ ਵਗ ਜਾਨੀ ਐ ਵੀ ਮੈਂ ਗਰੀਬਾਂ ਦੀ ਸੇਵਾ ਕਰਦੀ ਆਂ ਸੇਵਾ ਕਰਦੀ ਆਂ ਕਹਿੰਦੀ ਮੰਮੀ ਮੈਨੂੰ ਚੰਗਾ ਲੱਗਦਾ ਸਾਰਾ ਕੁਝ ਕਿਸੇ ਗਰੀਬ ਦੀ ਸੇਵਾ ਕਰਨਾ ਠੀਕ ਕੋਈ ਨਹੀਂ ਆਪਾਂ ਹੁਣ ਆਪਣੀਆਂ ਗੱਲਾਂ ਕਰਾਂਗੇ ਤਾਂ ਕਹਿੰਦੀ ਮੇਰੀ ਮਜਬੂਰੀ ਹੋ ਗਈ ਸੀ ਕਹਿੰਦੀ ਵੀ ਕਿਉਂ ਤੂੰ ਜਾਂਦੀ ਐ ਕਿਉਂ ਤੇਰੀ ਕਹਿੰਦੀ ਮਜਬੂਰੀ ਹੋ ਗਈ ਏ ਤੈਨੂੰ ਮੇਰੀ ਚਿੰਤਾ ਨਹੀਂ ਲੋਕਾਂ ਦੀ ਚਿੰਤਾ ਹੈ ਕਹਿੰਦੀ ਮਾਂ ਮੈਂ ਬਹੁਤ ਪਹਿਲਾਂ ਆ ਗਈ ਸੀ ਉੱਥੋਂ ਤਾਂ ਕਹਿੰਦੀ ਰਾਜ ਮੇਰੀ ਗੱਡੀ ਥੱਲੇ ਕੋਈ ਬਜ਼ੁਰਗ ਔਰਤ ਕਹਿੰਦੀ ਇਹ ਗੱਲ ਸੁਣ ਕੇ ਮਾਂ ਦੇ ਦਿਲ ਨੂੰ ਹੋਰ ਵੀ ਹੱਲ ਗਿਆ ਤਾਂ ਕਹਿਣ ਲੱਗੀ ਵੀ ਕੀ ਹੋ ਗਿਆ ਮੈਨੂੰ ਦੱਸ ਫਿਰ ਉਹ ਸਾਰਾ ਭੁੱਲ ਗਈ ਉਹ ਗੁੱਸਾ ਕਿਸਾਬ ਦਾ ਮਾਮਾ ਇਹ ਜਿਹੀ ਹੁੰਦੀਆਂ ਨੇ ਕਹਿੰਦੀ ਮਾਂ ਵੀ ਬਾਰਿਸ਼ ਜਿਆਦੇ ਸੀ ਮੈਂ ਗੱਡੀ ਪੂਰੀ ਭਜਾਈ ਗਈ ਸੀ ਤੇ ਇੱਕ ਬਜ਼ੁਰਗ ਔਰਤ ਸੀ ਜਮੈਂ ਕਹਿੰਦੀ ਗੱਡੀ ਥੱਲੇ ਆ ਗਈ ਉਹ ਦੇਖਿਆ ਵਾਲਾ ਦਾਲ ਸਾਰਾ ਕਹਿੰਦੀ ਤੇ ਕਹਿੰਦੀ ਮੈਂ ਗੱਡੀ ਚ ਪਾ ਲਈ ਚੱਕ ਕੇ ਉਹ ਬੇਹੋਸ਼ ਹੋ ਗਈ ਤਾਂ ਕਹਿੰਦੀ ਮੈਂ ਦੂਜੇ ਹਸਪਤਾਲ ਲੈ ਗਈ ਉਹਦਾ ਆਪਦਾ ਹਸਪਤਾਲ ਦੂਰ ਸੀ ਤਾਂ ਕਹਿੰਦੀ ਉਹ ਹਸਪਤਾਲ ਜੇ ਗਈ ਜਦੋਂ ਮੈਂ ਉਹਦੇ ਕੋਈ ਏਡੀ ਵਾਲੀ ਸੱਟ ਸੁੱਟ ਨਹੀਂ ਸੀ ਵੱਜੀ ਕਹਿੰਦੀ ਬੇਹੋਸ਼ ਹੋ ਗਈ ਸੀ ਪਤਾ ਨਹੀਂ ਉਹ ਡਰ ਦੀ ਮਾਰੀ ਹੋ ਗਈ ਕਿਵੇਂ ਹੋ ਗਈ ਕਹਿੰਦੀ ਬਹੁਤ ਬੁਲਾਈ ਚਲਾਈ ਕਹਿੰਦੀ ਸੁਰਤ ਨਹੀਂ ਆਈ ਬਹੁਤ ਚਰ ਤਾਂ ਕਹਿੰਦੀ ਚੰਗੀ ਤਰ੍ਹਾਂ ਚੈੱਕ ਅਪ ਕੀਤਾ ਸੀ ਉਹਦਾ ਤਾਂ ਕਹਿੰਦੀ ਮਾਂ ਉਹ ਤਿੰਨ ਦਿਨਾਂ ਦੀ ਭੁੱਖੀ ਸੀ ਉਹ ਸੁਣ ਕੇ ਤੇ ਮਾਂ ਦਾ ਦਿਲ ਹੋਰ ਵੀ ਹੱਲ ਗਿਆ ਮਾਂ ਦਾ ਬਾਰ-ਬਾਰ ਦਿਮਾਗ ਉਧਰ ਹੀ ਜਾਈ ਜਾਂਦਾ ਵਿਊ ਕਿਵੇਂ ਹੋਊਗੀ ਭੁੱਖੀ ਹੋਊਗੀ ਤਿੰਨ ਦਿਨਾਂ ਦੀ ਖਬਰ ਕਿਹੜੀ ਮੁਸੀਬਤ ਚ ਹੋਊਗੀ ਵਿਚਾਰੀ ਕੌਣ ਹੋਊਗੀ ਕਹਿੰਦੀ ਪੁੱਤ ਸਮਾਰ ਕੇ ਤੂੰ ਉਹਦਾ ਚੈੱਕਅਪ ਕਰੀ ਸਵੇਰੇ ਤੂੰ ਕਹਿੰਦੀ ਫੇਰ ਐਂ ਕਰ ਬੇਟੇ ਤੂੰ ਮੈਨੂੰ ਲੈ ਜੀ ਉੱਥੇ ਨਾਲ ਸਵੇਰੇ ਉਹ ਕਹਿੰਦੀ ਮਾਂ ਤੂੰ ਕਿਉਂ ਚੱਕਰ ਚ ਪਈ ਰਹਿੰਦੀ ਐ ਐਂ ਨਾਲ ਸੋਚਿਆ ਕਰ ਉਹ ਆਪਦੇ ਵੈਰ ਸੋਚਿਆ ਕਰ ਕਹਿੰਦੀ ਬਸ ਐਂ ਕਰਦੇ ਕਰਦੇ ਖਾਣਾ ਖਾ ਲਿਆ ਦੋਵਾਂ ਨੇ ਤਾਂ ਦੋਨੋਂ ਉਹਦੀ ਭੈਣ ਦਾ ਫੋਨ ਆ ਗਿਆ ਉਹ ਕਹਿੰਦੀ ਮਾਂ ਮੈਂ ਹਲਦੀ ਵਾਲ ਦੁੱਧ ਲੈਣ ਚੱਲੀ ਆ ਭੈਣ ਦਾ ਫੋਨ ਆ ਗਿਆ ਫੋਨ ਫੜ ਲੈ ਕਹਿੰਦੀ ਆ ਗਿਆ ਤੇਰੀ लाਡਲੀ ਤੀ ਦਾ ਫੋਨ ਉਹ ਉਧਰ ਪੁੱਛਣ ਲੱਗੀ ਕਹਿੰਦੀ ਮਾਂ ਤੇਰੀ ਸਿਹਤ ਠੀਕ ਐ ਕਹਿੰਦੀ ਹਾਂ ਪੁੱਤ ਮੇਰੀ ਤਾਂ ਠੀਕ ਐ ਤੂੰ ਤੇਰੇ ਬੱਚਿਆਂ ਸਿਹਤ ਦੱਸ ਜਵਾਈ ਦੀ ਦੱਸ ਤੇਰੀ ਦੱਸ ਉਹ ਕਹਿੰਦੀ ਮਾਂ ਸਾਡੀ ਸਾਰਿਆਂ ਦੀ ਸਿਹਤ ਵਧੀਆ ਠੀਕ ਐ ਸਾਨੂੰ ਤੇਰੀ ਸਿਹਤ ਦੀ ਲੋੜ ਆ ਸਾਡਾ ਹੈ ਨਹੀਂ ਕੋਈ ਹੋਰ ਭੈਣਾਂ ਤੋਂ ਬਿਨਾ ਤਾਂ ਤਿੰਨੇ ਭੈਣਾਂ ਨੂੰ ਸਾਨੂੰ ਤੂੰ ਹੀ ਐ ਉਹ ਕਹਿੰਦੀ ਮੈਂ ਤਾਂ ਚੰਗੀ ਭਲੀਆਂ ਕੋਈ ਚੱਕਰ ਨਹੀਂ ਮੈਨੂੰ ਕਹਿੰਦੀ ਐਂ ਕਰਿਆ ਕਰ ਫਿਰ ਆਪਦੀ ਭੈਣ ਨੂੰ ਕਹਿੰਦੀ ਵੀ ਹਲਦੀ ਵਾਲਾ ਦੁੱਧ ਦੇ ਮਾਂ ਨੂੰ ਕਹਿੰਦੀ ਮੀਂਹ ਪਈ ਜਾਂਦੇ ਠੰਡ ਬਹੁਤ ਹੋਈ ਪਈ ਉਹ ਕਹਿੰਦੀ ਵੀ ਡਾਕਟਰ ਮੈਂ ਆ ਕਿ ਤੂੰ ਆ ਉਹਦੀ ਭੈਣ ਆ ਮਜ਼ਾਕ 'ਚ ਇਹ ਨਹੀਂ ਲੱਗਦਾ ਤੈਨੂੰ ਵੀ ਦਵਾਈ ਦੇਣੀ ਪਊਗੀ। ਤੂੰ ਬੋਲੀ ਜਾਨੀ ਆਏ ਦੇਵ ਮਾਂ ਨੂੰ ਆਏ ਦੇਵ ਕਹਿੰਦੀ ਮਾਂ ਤਾਂ ਪਹਿਲੇ ਹੀ ਦੁਖੀ ਹਲਦੀ ਵਾਲੇ ਦੁੱਧ। ਮਾਂ ਕਹਿੰਦੀ ਪੁੱਤ ਆਏ ਕਰੀ ਤੈਨੂੰ ਤਾਂ ਪਤਾ ਕਹਿੰਦੀ ਤੂੰ ਆਪਰੇ ਦੁੱਧੇ 'ਚ ਹਲਦੀ ਪਾ ਲਈ ਬੇਟੀ ਨੂੰ ਕਹਿੰਦੀ ਡਾਕਟਰ ਨੂੰ। ਰੂਬੀ ਕਹਿੰਦੀ ਪੁੱਤ ਮੈਨੂੰ ਨਾ ਲਿਆਈ ਕਹਿੰਦੀ ਮੈਂ ਤਾਂ ਸਿੰਪਲ ਹੀ ਦੁੱਧ ਲਿਆ ਦੇ। ਉਹ ਕਹਿੰਦੀ ਮਾਂ ਮੈਂ ਤੇਰੀ ਗੱਲ ਸੁਣ ਗਈ ਹੀ ਨਹੀਂ ਕੋਈ ਤੂੰ ਕੀ ਦੱਸਿਆ ਮੈਨੂੰ। ਮੈਨੂੰ ਤਾਂ ਆਪਦੀ ਗੱਲ ਜਿਆਦਾ ਵੀ ਤੈਨੂੰ ਦੁੱਧ 'ਚ ਹਲਦੀ ਪਾ ਕੇ ਦੇਣੀ ਐ। ਇਹ ਕਹਿ ਕੇ ਦੋ ਕਾਪ ਆਪ ਦੁੱਧੇ ਬਣਾ ਲਈ। ਤਾਂ ਦੋਨੇ ਮਾਂ ਬੇਟੀ ਪੀ ਕੇ ਸੌਂ ਗਈਆਂ ਤਾਂ ਰੂਬੀ ਫੇਰ ਜਲਦੀ ਉੱਠ ਜਾਂਦੀ ਹੈ ਸਵੇਰੇ ਕਿਉਂਕਿ ਉਹਨੇ ਮਾਤਾ ਨੂੰ ਦੇਖਣਾ ਹੁੰਦਾ ਜਾ ਕੇ ਹਸਪਤਾਲ 'ਚ ਤਾਂ ਉਹਦੀ ਮੰਮੀ ਫੇਰ ਕਹਿੰਦੀ ਕਹਿੰਦੀ ਮੂੰਹ 'ਚ ਰਹਿਂਦੀ ਵੀ ਮੈਨੂੰ ਨਾਲ ਲੈ ਜਾ ਵੀ ਮੈਂ ਉਹਨੂੰ ਵੀ ਮਿਲਾਂਉਂਗੀ ਬੁੜੀ ਨੂੰ ਜਿਹੜੀ ਮਾਤਾ ਕੋਈ ਉਹ ਕਹਿੰਦੀ ਦੇਖ ਮਾਤਾ ਕਹਿੰਦੀ ਹੁਣ ਮੈਂ ਜੇ ਆਉਂਗੀ ਹੈ ਜੇ ਪਹਿਲਾਂ ਮੈਂ ਉਹਨੂੰ ਦੇਖੂੰਗੀ ਫੇਰ ਕਹਿੰਦੀ ਮੈਂ ਉਹਨੂੰ ਉਹਦੇ ਘਰ ਛੱਡੂੰਗੀ ਜੇ ਠੀਕ ਹੋਈ ਕਹਿੰਦੀ ਉਦੋਂ ਬਾਅਦ ਇਹਨੂੰ ਇੱਕ ਦੋਨੋਂ ਦੇ ਘਰ ਮਿਲਾ ਲਿਆਂਗੀ ਉਹ ਕਹਿੰਦੀ ਪੁੱਤੇ ਵੀ ਠੀਕ ਐ। ਤਾਂ ਜਾ ਕੇ ਦੇਖਿਆ ਰੂਬੀ ਨੇ ਉਹ ਮੜੀ ਠੀਕ ਸੀ ਅੰਜੂਸ ਜਸ ਪਿਆਇਆ। ਤੇ ਨਰਮ ਚੀਜ਼ ਮੰਗਾ ਕੇ ਖਵਾਈ ਕੋਈ। ਤਾਂ ਉਹਨੂੰ ਪੁੱਛਿਆ ਮਾਤਾ ਤਾ ਕਿਵੇਂ ਐ ਠੀਕ ਐ? ਉਹ ਐ ਕਹਿਣ ਲੱਗੀ ਹਾਂ ਮੈਂ ਠੀਕ ਆ। ਤਾਂ ਕਹਿੰਦੀ ਤੇਰਾ ਪਰਿਵਾਰ ਦਾ ਕੋਈ ਨਹੀਂ ਆਇਆ ਮੈਨੂੰ ਦੱਸ ਦੇ ਤੇਰਾ ਘਰਬਾਰ ਕੋਈ ਪਰਿਵਾਰ। ਪਹਿਲਾਂ ਤਾਂ ਉਹ ਬੋਲੀ ਨਹੀਂ ਕਾਫੀ देर। ਕਹਿੰਦੀ ਮਾਤਾ ਮੈਨੂੰ ਐ ਲੱਗਦਾ ਵੀ ਤੂੰ ਵਰਤ ਰੱਖਿਆ ਹੋਣਾ ਇਹ ਦਿਨ ਦਿਨ ਦੀ ਭੁੱਖੀ। ਕਹਿੰਦੀ ਤੁਸੀਂ 부ੜੀਆਂ ਨਹੀਂ ਲੱਤਾਂ ਸੀ ਵੇਂ ਚੁੰਨੇ ਵਰਤ ਰੱਖਣਾ ਨਹੀਂ ਛੱਡਦੀਆਂ। ਹਮਜਾਕ ਚ ਰੂਬੀ ਕਹਿੰਦੀ ਉਹਨੂੰ। ਕਹੀਂ ਲੱਗਦਾ ਪੱਕਾ ਤੂੰ ਵਰਤ ਰੱਖਿਆ ਹੋਇਆ। ਆਪਦੇ ਜਿਵਾਕਾਂ ਵਾਸਤੇ। ਇਹ ਕਹੇ ਜੋ 부ੜੀ ਦੀ ਅੱਖਾਂ ਝੰਝੂ ਆ ਗਏ। ਤਾਂ ਕਹਿੰਦੀ ਮੈਂ ਵਰਤ ਨਹੀਂ ਰੱਖਿਆ ਹੋਇਆ। ਉਹ ਕਹੀਂ ਚੱਲ ਕੋਈ ਨਹੀਂ। ਕਹਿੰਦੀ ਮੇਰੀ ਗੱਲ ਨੂੰ ਨਾ ਤੂੰ ਸੁਣ ਤੇ ਤੂੰ ਇਹਨਾਂ ਐ ਦੱਸ ਸਰ ਘਰ ਕਿੱਥੇ ਹੈ ਕਹਿੰਦੀ ਹੁਣ ਤੂੰ ਠੀਕ ਐ ਤੈਨੂੰ ਮੈਂ ਘਰ ਛੱਡ ਕੇ ਆਉਂਗੀ। ਤਾਂ ਕਹਿੰਦੀ ਮੰਦਰ ਕੋਲ ਨੇੜੇ ਹੀ ਮੰਦਰ ਮੰਦਰ ਕਰਨ ਲੱਗੀ। ਉਹਨੇ ਸੋਚਿਆ ਮੰਦਰ ਕੋਲ ਘਰ ਹੋਣਾ। ਉਹ ਕਹਿੰਦੀ ਚੱਲ ਮਾਤਾ ਫੇਰ ਆਪਾਂ ਚੱਲਦੇ ਹਾਂ ਉਹਨੇ ਮਾਂ ਨੂੰ ਗੱਡੀ 'ਚ ਬਿਠਾ ਲਿਆ ਗੱਡੀ 'ਚ ਬਿਠਾ ਕੇ ਤੂੰ ਮੰਦਰ ਕੋਲ ਜਾ ਕੇ ਆਉਣ ਲੱਗੀ ਵੀ ਮਾਂ ਕਿੱਥੇ ਜੇ ਕਿਹੜੀ ਗਲੀ ਤੇ ਤੇਰਾ ਘਰ ਹੈ ਤੈਨੂੰ ਘਰ ਛੱਡਿਆ ਉਹ ਕਹਿੰਦੀ ਨਾ ਮੈਂ ਤਾਂ ਇੱਥੇ ਉਤਰਨੂੰ ਮੰਦਰ 'ਚ ਕਹਿੰਦੀ ਤੂੰ ਮੰਜੁੱਤੀਆਂ ਪਰ ਆਏਂਗੀ ਤੇਰੇ ਪਰਿਵਾਰ ਤੋਂ ਇੱਕਦਮ ਇਥੋਂ ਐਕਸੀਡੈਂਟ ਹੋ ਗਿਆ ਤੇਰਾ ਤੇ ਉਲਟਾ ਕਿਹਦੀ ਐਂ ਕਹਿਣਗੇ ਵੀ ਉੱਥੇ ਮੰਦਰ 'ਚ ਲਾ ਗਈ ਕਿਤੇ ਕਹਿੰਦੀ ਕਿਉਂ ਮੈਨੂੰ ਘਟਵਾਏਂਗੀ ਉਹ ਕਹਿੰਦੀ ਤੈਨੂੰ ਕੋਈ ਨਹੀਂ ਕੁੱਟਦਾ ਇਹਦੀ ਮੈਂ ਤਾਂ ਪਾਠ ਪੂਜਾ ਕਰੂੰਗੀ ਭਗਵਾਨ ਦੀ ਇੱਥੇ ਬਹਿ ਕੇ ਉਹ ਕਹਿੰਦੀ ਚੱਲ ਠੀਕ ਐ ਫਿਰ ਦੇਖ ਲਊ ਮੈਂ ਕਦੇ ਆਉਂਦੀ ਜਾਂਦੀ ਤਾਂ ਉਹ ਜਦੋਂ ਸ਼ਾਮ ਨੂੰ ਘਰ ਗਈ ਤਾਂ ਉਹਨੇ ਆਦੀ ਮੰਮੀ ਨੂੰ ਦੱਸਿਆ ਜਾ ਕੇ ਵੀ ਉਹ ਠੀਕ ਠਾਕ ਸੀ ਬਜ਼ੁਰਗ ਮਾਤਾ ਤਾਂ ਕਹਿੰਦੀ ਮੈਂ ਉਹਨੂੰ ਪੁੱਛਿਆ ਬਥੇਰਾ ਘਰ ਕਿੱਥੇ ਜਾਓਗੇ ਜੀ ਮੈਂ ਤਾਂ ਮੰਦਿਰ ਤਾਰਦੇ ਮੈਂ ਤਾਂ ਪਾਠ ਪੂਜਾ ਕਰੂੰਗੀ ਇੱਥੇ ਕਹਿੰਦੀ ਮੈਂ ਮੰਦਿਰ ਚਲਾ ਆਈ ਉਹਨੂੰ ਚਲੋ ਇੱਕ ਦਿਨ ਫਿਰ ਉਹਦਾ ਢੇੜਾ ਲੱਗਿਆ ਆਈ ਅਗਲੇ ਸੰਡੇ ਅਗਲੇ ਸੰਡੇ ਜਦੋਂ ਉਹਦਾ ਗੇੜਾ ਲੱਗਿਆ ਉਧਰ ਤਾਂ ਉਹਨੇ ਸੋਚਿਆ ਵੀ ਇੱਥੇ ਕਿਤੇ ਮੰਦਿਰ ਦੇ ਨੇੜੇ ਘਰ ਹੈ ਮੰਦਿਰ ਸ਼ਾਇਦ ਮਾਤਾਪ ਮਿਲ ਜੇ ਵੀ ਜਾਂਦੇ ਉਹਦੀ ਖੈਰ ਸੁੱਖ ਪੁੱਛ ਕੇ ਜਾਂਦੇ ਆ ਤਾਂ ਉਹਨੇ ਕੀ ਕੀਤਾ ਉਹਨੇ ਦੇਖ ਲਿਆ ਬਜ਼ੁਰਗ ਮਾਤਾ ਉਹ ਦੇਖ ਕੇ ਲੁਕ ਗਈ ਫਤਾਂ ਨੂੰ ਵੀ ਲੱਗ ਗਿਆ ਜਦੋਂ ਲੁਕ ਗਈ ਪੱਥਰ ਪਿਆ ਸੀ ਪਿੱਛੇ ਕਿਤੇ ਉਹਨੂੰ ਪਤਾ ਨਹੀਂ ਲੱਗਿਆ ਬੁੜੀ ਨੂੰ ਯਾਦੇ ਬਜ਼ੁਰਗ ਸੀ ਬੁੜੀ ਤਾਂ ਉਹ ਤਿਲਕੀ ਗਈ ਪੱਥਰ ਤੋਂ ਤਿਲਕ ਕੀ ਜਦੋਂ ਉਹ ਥੱਲੇ ਵੱਜੀ ਉਹਦੋਂ ਮੰਦਿਰ ਦਾ ਬੁਜਾਰੀ ਆਇਆ ਭੱਜ ਕੇ ਸਾਰਿਆਂ ਨੇ ਚੱਕੀ ਉਹ ਕਹਿਣ ਲੱਗੀ ਰੋ ਵੀ ਤੁਸੀਂ ਇਹਦੇ ਘਰ ਪਰਿਵਾਰ ਨੂੰ ਦੱਸ ਦੋ ਵੀ ਉਹ ਲੈ ਜਾਣਗੇ ਤੇ ਉਹ ਪੰਡਤ ਕਹਿੰਦੇ ਇਹਦੇ ਕਿਹੜਾ ਪਰਿਵਾਰ ਹੈ ਕਹਿੰਦਾ ਇਹਦਾ ਕੋਈ ਪਰਿਵਾਰ ਨਹੀਂ ਇਹਦੇ ਤਾਂ ਕਹਿੰਦਾ ਦੋ ਬੇਟੇ ਸੀ ਇੱਕ ਤਾਂ ਕੈਨੇਡਾ ਵਾ ਗਿਆ ਦੂਜਾ ਕਹਿੰਦਾ ਇੱਥੇ ਹੀ ਰਹਿੰਦਾ ਉਹ ਕਹਿੰਦਾ ਇਹਨੂੰ ਇਹ ਬੜਦੀਨਾ ਉਹ ਵੜਨੇ ਨੂੰ ਉਹਦੇ ਘਰੋਂ ਕੱਢਦਾ ਇਹ ਤਾਂ ਕਹਿੰਦਾ ਮੰਦਰ ਦੇਵ ਚਿਹੜਕ ਪ੍ਰਸ਼ਾਦ ਮਿਲਦਾ ਉਹੀ ਖਾ ਕੇ ਪੈ ਪੂਜਣਦੀ ਹੈ ਕਹਿੰਦਾ ਜੇ ਮਿਲ ਗਿਆ ਖਾ ਲਿਆ ਜੇ ਨਹੀਂ ਮਿਲਿਆ ਉਹਦੇ ਨਹੀਂ ਖਾਇਆ ਕਹਿੰਦਾ ਇਹੀ ਤੋਰੀ ਫਿਰਦੀ ਇਹ ਤਾਂ ਤੇ ਉਹ ਸੋਚਣ ਲੱਗੀ ਆਹ ਆਏ ਇਹ ਇੰਨੀ ਕਮਜ਼ੋਰ ਹੋ ਰਹੀ ਤਾਂ ਇਹ ਵੀ ਨੂੰ ਸੱਚ ਨਹੀਂ ਦੱਸਦੀ ਤਾਂ ਉਹ ਕਹਿਣ ਲੱਗੀ ਵੀ ਤੇਰੇ ਇਹ ਜਿਹੇ ਕਿਹਜੇ ਜਵਾਬ ਹੈ ਤਾਂ ਬੁੜੀ ਦੀ ਅੱਖਾਂ 'ਚ ਪਾਣੀ ਆ ਗਿਆ ਤਾਂ ਕਹਿੰਦੀ ਚੱਲ ਮੇਰੇ ਨਾਲ ਕਹਿੰਦੀ ਉਹਨੇ ਵੀ ਆ ਸੋਚਿਆ ਪਹਿਲਾਂ ਮੈਂ ਆਪਦੀ ਮਾਂ ਨੂੰ ਫੋਨ ਕਰ ਲਾਂ ਰੋਬੀ ਨੇ ਉਹਨੇ ਆਦੀ ਮੰਮੀ ਨੂੰ ਦੋ ਵਾਰੀ ਫੋਨ ਲਾਇਆ ਉਹਦੀ ਮੰਮੀ ਕਿਤੇ ਗਈ ਹੋਈ ਸੀ ਉਹਨੇ ਫੋਨ ਨਹੀਂ ਚੱਕਿਆ ਉਹ ਸੁਣਿਆ ਨਹੀਂ ਕਿਤੇ ਬਾਜ਼ਾਰ ਗਈ ਸੀ ਨਹੀਂ ਸੁਣਿਆ ਇਹਦੇ ਰੂਬੀ ਨੇ ਸੋਚਿਆ ਮੰਮੀ ਤੇ ਚੱਕਦੀ ਨਹੀਂ ਫੋਨ ਉਹਨੇ ਬਜ਼ੁਰਗ ਮਾਤਾ ਨੂੰ ਗੱਡੀ 'ਚ ਬਿਠਾ ਲਿਆ ਤਾਂ ਘਰੇ ਲਿਆਈ ਆਪਦੇ ਘਰੇ ਲਿਆ ਕੇ ਦੇਖਿਆ ਰੂਬੀ ਨੇ ਮੰਮੀ ਘਰੇ ਹੈ ਨਹੀਂਗੀ ਤਾਂ ਦੂਜੀ ਚਾਬੀ ਰੂਬੀ ਦੇ ਕੋਲ ਸੀ ਤਾਂ ਰੂਬੀ ਨੇ ਲੋਕ ਖੋਲ ਲਿਆ ਚਾਬੀ ਨਾਲ ਖੋਲ ਕੇ ਲੋਕ ਤੇ ਮਾਤਾ ਨੂੰ ਲਿਜਾ ਕੇ ਅੱਗੇ ਕਮਰੇ 'ਚ ਪਾਤਾ। ਕਹਿੰਦੀ ਮੈਂ ਚਾਹ ਬਣਾਉਣੀ ਹੈ। ਉਹ ਕਹਿੰਦੀ ਮੈਂ ਚਾਹ ਨਹੀਂ ਪੀਂਦੀ। ਬਜ਼ੁਰਗ ਮਾਤਾ ਕਹਿਣ ਲੱਗੀ ਤਰੂਬੀ ਕਹਿੰਦੀ ਠੀਕ ਹੈ। ਰੂਬੀ ਨੂੰ ਲਿਜਾ ਕੇ ਉਹਨੂੰ ਕੋਈ ਨਰਮ ਜਿਹਾ ਖਾਣਾ ਦੇਤਾ। ਇਹ ਦੋ ਆ ਖਾ ਲਿਆ। ਖਾ ਕੇ ਉਹਨੂੰ ਨੀਂਦ ਆ ਗਈ। ਭੁੱਖੀ ਸੀ ਪਤਨ ਕਿਵੇਂ ਸੀ ਵਿਚਾਰੀ। ਤਾਂ ਉਹ ਕੱਪੜਾ ਲੈ ਕੇ ਬੈ ਗਈ ਅੰਦਰ। ਰੂਬੀ ਬਾਹਰ ਬਰਾਂਡੇ 'ਚ ਬੈ ਗਈ। ਤਾਂ ਜਦੋਂ ਰੂਬੀ ਦੀ ਮੰਮੀ ਆਈ ਤਾਂ ਕਹਿਣ ਲੱਗੀ ਵੀ ਆਇਆ ਇਹ ਤੂੰ ਮੁੜੇ ਹੀ ਅੱਜ ਫੇਰ ਦੁਬਾਰਾ ਕੀ ਗੱਲਬਾਤ ਹੋਈ ਹੈ ਕੋਈ ਛੇਤੀ ਮੁੜੇ ਹੀ ਤੂੰ ਅੱਜ ਠੀਕ ਠਹਾ ਹੈਗਾ ਸਭ ਕੁਝ ਉਹ ਵਹਿਮ ਵਾਲਾ ਕਰਦੀ ਸੀ ਉਹ ਕਹਿੰਦੀ ਮਾਂ ਸਾਰਾ ਕੁਝ ਠੀਕ ਹੈ ਕਹਿੰਦੀ ਜਿਹੜੀ ਮੈਂ ਗੱਲ ਨਹੀਂ ਦੱਸਦੀ ਤੈਨੂੰ ਉਦੋਂ ਬਜ਼ੁਰਗ ਮਾਤਾ ਹਸਪਤਾਲ ਚਾਈ ਸੀ ਕਹਿੰਦੀ ਹਾਂ ਐਂ ਕਰਕੇ ਕਹਿੰਦੀ ਉਹ ਤਾਂ ਮੰਦਿਰ ਚ ਹੀ ਰਹਿੰਦੀ ਉਹ ਜਵਾਕਾਂ ਦੇ ਘਰੋਂ ਘਰੋਂ ਘੱਟ ਰੱਖਿਆ ਤਾਂ ਤੇ ਕਹਿੰਦੀ ਮੈਂ ਉਹਨੂੰ ਘਰੇ ਲਿਆਈ ਮੈਂ ਤੁਹਾਨੂੰ ਦੋ ਵਾਰੀ ਫੋਨ ਕੀਤਾ ਤੁਸੀਂ ਫੋਨ ਨਹੀਂ ਛੱਕਿਆ ਤਾਂ ਕਹਿੰਦੀ ਮੈਂ ਉਹਨੂੰ ਘਰੇ ਲਿਆਈ ਹੁਣ ਉਹ ਸੁੱਤੀ ਪਈ ਹੈ ਅੰਦਰ ਤੇ ਕਹਿੰਦੀ ਤੁਸੀਂ ਐਂ ਕਰਿਓ ਤੁਸੀਂ ਰਹੋ ਘਰੇ ਤਾਂ ਕਹਿੰਦੀ ਕਹਿ ਦਿਓ ਮੇਰਾ ਨਾਮ ਲੈ ਕੇ ਵੀ ਰੂਬੀ ਸ਼ਾਮ ਨੂੰ ਆਊਗੀ ਵੀ ਤੂੰ ਇੱਥੇ ਹੀ ਪਈ ਰਹਿ ਆਰਾਮ ਨਾਲ ਕਿ ਤင်း ਜਾਣਾ ਵੀ ਜਦੋਂ ਕਹਿੰਦੀ ਕਿ ਉਹਦੇ ਘਰੇ ਠੀਕ ਠਾਕ ਹੋ ਗਿਆ ਲੈ ਜਾਣਗੇ ਕਦਿਆਂ ਕਹਿੰਦੀ ਕੁਛ ਦਿਨ ਆਪਾਂ ਰੱਖ ਲਾਂਗੇ ਤਾਂ ਉਹਦੀ ਮੰਮੀ ਕਹਿੰਦੀ ਕੋਈ ਗੱਲ ਨਹੀਂ ਉਹ ਕਹੇ ਕਿ ਹਸਪਤਾਲ ਚਲੀ ਗਈ ਤੇ ਉਹਦੀ ਮੰਮੀ ਨੇ ਸੋਚਿਆ ਵੀ ਕੋਈ ਹਲਕੀ ਜੀ ਚੀਜ਼ ਬਣਾ ਲਾਂ ਨਾਲੇ ਨਾਲੇ ਉਹਨੂੰ ਖਵਾ ਦਊਗੀ ਨਾਲੇ ਆਪ ਖਾ ਲਾਂ ਉਨੇ ਖਿਚੜੀ ਬਣਾ ਲਈ ਖਿਚੜੀ ਬਣਾ ਕੇ ਜਦੋਂ ਅੰਦਰ ਗਈ ਹੁਣ ਠਾਉਣ ਵਾਸਤੇ ਵਾਜਾਂ ਮਾਰ ਗਏ ਉਹਨੇ ਤਾਂ ਉੱਠੀ ਨਹੀਂ ਉਹਨੇ ਦੁਬਾਰਾ ਫੇਰ ਵਾਜਾਂ ਮਾਰ ਗਏ ਹਲਾਇਆ ਹਲੂਆ ਤੀਜੀ ਵਾਰੀ ਉਹਨੇ ਕਰਿਆ ਮੂੰਹ ਤੋਂ ਕੰਬੜ ਲਾਤਾ ਉਹ ਕੁੜੀ ਦੀ ਮੰਮੀ ਨੇ ਮੂੰਹ ਤੋਂ ਕੰਬੜ ਲਾਤਾ ਮਾਤਾ ਦੇ ਕਹਿੰਦੀ ਵੀ ਮਾਂ ਜੀ ਮਾਂ ਜੀ ਉੱਠੋ ਕਹਿੰਦੀ ਖਾਣਾ ਖਾ ਲੋ ਜਦੋਂ ਉਹ ਬੈਠੀ ਹੋ ਗਈ ਤਾਂ ਉਹਨੂੰ ਦੇਖ ਕੇ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਤਾਂ ਉਹਨਾਂ ਘਬਰਾਟ ਹੋਈ ਚੱਕਰਾਂ ਉਹ ਲੱਗੀ ਤਾਂ ਉਹ ਜਿਹੜੀ ਮਾਤਾ ਸੀ ਉਹਦਾ ਵੀ ਇਹੀ ਹਾਲ ਸੀ ਉਹਨੂੰ ਦੇਖ ਕੇ ਵੀ ਇਹ ਕਿੱਥੇ ਉਹ ਕਹਿੰਦੀ ਇਹ ਕਿੱਥੇ ਕਿਉਂਕਿ ਉਹ ਉਹਦੀ ਸੱਸ ਸੀ ਉਹ ਰੂਬੀ ਦੀ ਦਾਦੀ ਸੀ ਫਿਰ ਉਹ ਪ੍ਰਾਣੀ ਸੋਚਣ ਲੱਗੀ ਵੀ ਇੱਕ ਦਿਨ ਇਹੋ ਜਿਹਾ ਸੀ ਜਿਹੜਾ ਰੂਬੀ ਦਾ ਡੈਡੀ ਸੀ ਨਾ ਉਹ ਪ੍ਰਾਇਮਰੀ ਸਕੂਲ ਦੇ ਵੀ ਟੀਚਰ ਸੀ ਤਾਂ ਜਦੋਂ ਉਹਦੇ ਜਿਹੜੇ ਦੂਜੇ ਦੋ ਹੋਰ ਭਰਾ ਸੀ ਉਹਨਾਂ ਦੇ ਵਿਆਹ ਬਹੁਤ ਤਕੜੇ ਤਕੜੇ ਘਰ ਹੋਏ ਸੀ ਤਾਂ ਜਿਹੜਾ ਰੂਪੀ ਦਾ ਡੈਡੀ ਸੀ ਇਹ ਗਰੀਬ ਕਰਦੀ ਸੀ ਇਹਦੀ ਮਾਂ ਰੂਪੀ ਦੀ ਸ਼ਾਂਤੀ ਗਰੀਬ ਕਰਦੀ ਧੀ ਸੀ ਤੇ ਜਦੋਂ ਕੋਈ ਵੀ ਤਿਹਾਰ ਤੂਰ ਲੈ ਕੇ ਆਉਂਦੇ ਉਹਨਾਂ ਦੇ ਘਰ ਦੇ ਆ ਤਾਂ ਦੂਜਿਆਂ ਦੇ ਜਠਾਣੀਆਂ ਦੇ ਇੰਨਾ ਇੰਨਾ ਕੁਝ ਲੈ ਕੇ ਆਉਂਦੇ ਇਹਦੇ ਵਿਚਾਰੀ ਦੇ ਕਦੇ ਕੋਈ ਆ ਗਿਆ ਕਦੇ ਨਾ ਵੀ ਆਇਆ ਤਾਂ ਫਿਰ ਬਹੁਤ ਸੁਣਾਉਂਦੀ ਇਕੱਠੀਆਂ ਹੋ ਕੇ ਦਿਨੇ ਫਿਰ ਰੋਂਦੀ ਸ਼ਾਂਤੀ ਆਪਦੇ ਘਰ ਵਾਲੇ ਕੋਲੇ ਵੀ ਮੈਂ ਕੁਝ ਕਹਾ ਮੈਨੂੰ ਆਏ ਕਹਿੰਦੀ ਆ ਉਹ ਕਹਿੰਦਾ ਬੋਲਣਾ ਨਹੀਂ ਹੁੰਦੇ ਅੱਗੇ ਕੁਛ ਨਹੀਂ ਹੁੰਦਾ ਕਹਿੰਦਾ ਇਹਨੂੰ ਬੋਲੀ ਜਾਂਦੇ ਕਹਿੰਦਾ ਬੋਲ ਕੇ ਆਪੇ ਮੈਂ ਤੇਰੇ ਨਾਲ ਆ ਇੰਨਾ ਕਹਿੰਦਾ ਫਿਰ ਉਹਦੇ ਮਨ ਨੂੰ ਟਿਕ ਜਾਂਦਾ ਵੀ ਠੀਕ ਹੈ ਮੇਰੇ ਨਾਲ ਹੈ ਮੇਰੇ ਘਰ ਵਾਲਾ ਤੇ ਕਰਦੇ ਕਰਦੇ ਉਹਦੇ ਇੱਕ ਬੇਟੀ ਪੈਦਾ ਹੋ ਗਈ ਸ਼ਾਂਤੀ ਦੇ ਰੂਪੀ ਦੀ ਵੱਡੀ ਭੈਣ ਜੋ ਬੇਟੀ ਪੈਦਾ ਹੋਈ ਉਹ ਬੜਾ ਰੌਲਾ ਪਾਇਆ ਉਹਦੀ ਸੱਸ ਨੇ ਕਹਿੰਦੀ ਜੀ ਵਸੇ ਤਾਂ ਕੁੜੀਆਂ ਐ ਤਾਂ ਪੈਦਾ ਹੋ ਰਹੀਆਂ ਸਾਡੇ ਤਾਂ ਕਹਿੰਦੀ ਵੀ ਜਿਵੇਂ ਆਪਾਂ ਕਹਿ ਦਿੰਦੇ ਆ ਸਾਰੇ ਖਾਨਦਾਨ ਦੇ ਵਿੱਚ ਕਹਿੰਦੇ ਸਾਡੇ ਤਾਂ ਡੰਗਰ ਪਸੂਆਂ ਦੇ ਵੀ ਬੰਲੇ ਮੁੰਡੇ ਪੈਦਾ ਹੁੰਦੇ ਕਹਿੰਦੀ ਇਹਦੀ ਇਹ ਤਾਂ ਕੁੜੀ ਆ ਇਹਨਾਂ ਮਗਰ ਕੁੜੀਆਂ ਪੈਦਾ ਹੁੰਦੀਆਂ ਹੋਣਗੀਆਂ ਇਹ ਜੇ ਗੱਲਾਂ ਕਰ ਗਿਆ ਉਹਨੇ ਬਹੁਤ ਗੁੱਸਾ ਆਇਆ ਉਹ ਬਹੁਤ ਰੋਈ ਦੂਜੀ ਵਾਰੀ ਫੇਰ ਬੇਟੀ ਹੋ ਗਈ ਉਹਦੇ ਇਹ ਦੂਜੀ ਵਾਰੀ ਬੇਟੀ ਹੋ ਗਈ ਤਾਂ ਕਹਿਣ ਲੱਗੇ ਅਸੀਂ ਇਹਦਾ ਹੋਰ ਵਿਆਹ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਚਲ ਉਹਨਾਂ ਨੇ ਸੋਚਿਆ ਦੋਹੇ ਜੀਆਂ ਨੇ ਵੀ ਆਪਾਂ ਹੋਰ ਬੱਚਾ ਨਹੀਂ ਪੈਦਾ ਕਰਦੇ ਵੀ ਆਪਣੇ ਦੋ ਬੇਟੀਆਂ ਬਹੁਤ ਐ ਬੇਟੀਆਂ ਬੇਟਿਆਂ ਵਰਗੀਆਂ ਨੇ ਤੇ ਜਦੋਂ ਬੇਟੀ ਵਾਵਾ ਹੋ ਗਈ ਉਹਦੀ 4-5 ਸਾਲ ਦੀ ਤਾਂ ਫੇਰ ਕੀ ਕੀਤਾ ਉਹਦੀ ਮਾਂ ਦੇ ਪੇਕਿਆਂ ਨੇ ਤੇ ਸਹੁਰਿਆਂ ਨੇ ਦੋਵਾਂ ਨੇ ਲੜ ਕੇ ਰੂਬੀ ਦੇ ਦਾਦ ਕੇ ਅੰਦਰ ਨਾਨਕ ਕੇ ਅੰਦਰ ਲੜ ਕੇ ਉਹਦੀ ਮਾਂ ਪਿਓ ਤੇ ਪੂਰਾ ਪ੍ਰੈਸ਼ਰ ਪਾਇਆ ਵੀ ਇੱਕ ਬੱਚਾ ਹੋਰ ਕਰੋ ਹੁੰਡਾ ਹੋ ਜਾਊਗਾ ਉਹਨਾਂ ਨਾਂ ਚਾਹੁੰਦੇ ਹੋਏ ਵੀ ਚਲੋ ਪਰਿਵਾਰ ਦੇ ਕਹਿਣ ਨੇ ਇੱਕ ਬੱਚਾ ਪੈਦਾ ਕਰਿਆ ਤਾਂ ਰੂਬੀ ਪੈਦਾ ਹੋ ਗਈ ਜਦ ਰੂਬੀ ਪੈਦਾ ਹੋ ਗਈ ਤਿੰਨ ਹੋ ਗਈਆਂ ਤਾਂ ਉਹ ਹੀ ਸੱਸ ਨੇ ਤਾਂ ਉਹਨੂੰ ਘਰੋਂ ਕੱਢਤਾ ਉਹਦੀ ਨੂੰ ਨੂੰ ਕਰ ਉਹ ਘਟਦਾ ਕਹਿੰਦੀ ਭੱਜ ਜਾਏ ਥੋ ਆਉਦੇ ਪੇਕੇ ਵਾਗੀ ਵਿਚਾਰੀ ਹੋਰ ਕਿੱਥੇ ਜਾਣਾ ਸੀ ਜੇ ਪਹਿਲੇ ਗਰੀਬ ਸੀ ਪੇਕੇ ਤਾਂ ਉਹਦੇ ਪੇਕੇ ਜਾ ਕੇ ਬਹਿ ਗਈ ਤਾਂ ਆਪਦੇ ਪੁੱਤ ਨੂੰ ਕਿਆ ਕਰੇ ਮੈਂ ਤੇਰਾ ਵਿਆਹ ਕਰੂੰਗੀ ਉਹਦੀ ਇੱਕ ਨਾ ਚੱਲੇ ਉਹ ਟੈਨਸ਼ਨ ਚ ਰਹਿਣ ਲੱਗਿਆ ਵਿਚਾਰਾ ਟੈਨਸ਼ਨ ਚ ਰਹਦੇ ਰਹਦੇ ਇੱਕ ਦਿਨ ਪੂਰੇ ਜ਼ੋਰ ਦੀ ਬਾਰਿਸ਼ ਆ ਰਹੀ ਸੀ ਤੇ ਮੋਟਰਸਾਈਕਲ ਲੈ ਹੀ ਆਉਂਦਾ ਸੀ ਐਕਸੀਡੈਂਟ ਹੋ ਗਿਆ ਉਹਦਾ ਟਰੱਕ ਨਾਲ ਉਹਦੀ ਉੱਥੇ ਹੀ ਮੌਤ ਹੋ ਗਈ ਕਹਿੰਦੇ ਹੁੰਦੇ ਘਰ ਚ ਕਲੇਸ਼ ਰਹੇ ਤਕਲੇਸ਼ ਕਹਿੰਦੇ ਕਲੇਸ਼ ਦਾ ਮੂੰਹ ਕਾਲਾ ਹੁੰਦਾ ਹੈ। ਸਿਆਣੇ ਕਹਿੰਦੇ ਉਹੀ ਕਲੇਸ਼ ਉਹਨਾਂ ਤੇ ਪੈ ਗਿਆ। ਚਲ ਤੇ ਨਤੀਜੇ ਹੋ ਗਏ ਜਦੋਂ ਬੰਦਾ ਵੀ ਮਰ ਗਿਆ ਫਿਰ ਉਹਨੂੰ ਪੇਕੇ ਆਉਣਾ ਪਿਆ ਇੱਕ ਵਾਰੀ ਬੰਦਾ ਮਰੇ ਤਾਂ। ਤਾਂ ਬਾਅਦ ਚ ਉਹ ਆਪਣੇ ਘਰ ਦੇ ਨਾਲ ਨਹੀਂ ਗਈ ਕਹਿੰਦੀ ਮੈਂ ਇੱਥੇ ਰਹੂੰਗੀ। ਤਾਂ ਕਹਿਣ ਲੱਗੇ ਤੂੰ ਜਾ ਹੁਣ ਇੱਥੇ ਕੀ ਕਰਦੀ ਐ? ਉਹਦੀ ਸੱਸ ਕਹਿਣ ਲੱਗੀ। ਉਹ ਕਹਿੰਦੀ ਮੈਂ ਮੇਰਾ ਸਭ ਕੁਝ ਇੱਥੇ ਹੈ। ਕਹਿੰਦੀ ਇੱਥੇ ਕੁਝ ਨਹੀਂ ਤੇਰਾ। ਜ਼ਮੀਨ ਜੂਨ ਸਾਹਿਬ ਨੂੰ ਦੂਜੇ ਪੁੱਤਾਂ ਦੇ ਨਾਂ ਲਵਾਤੀ। ਤਾਂ ਉਹ ਕਰੀ ਕਹਿੰਦੀ ਇਹਨਾਂ ਚ ਇੱਕਨ ਦਵਾਉਂਗੀ ਤੇਰੇ ਜੇਠੜ ਉਹ ਕਹਿੰਦੀ ਵੀ ਐ ਨਹੀਂ ਹੋ ਸਕਦਾ ਉਹਨੇ ਮੂਰੇ ਹੋ ਕੇ ਰੋਲਾ ਰਾਲਾ ਪਾਇਆ ਲੋਕਾਂ ਨੂੰ ਸਾਰਿਆਂ ਨੂੰ ਜਿੱਥੇ ਕਿਤੇ ਰਹਿੰਦੇ ਸੀ ਆਲੇ-ਦਾਲੇ ਵੀ ਮੇਰੀ ਬੇਨਤੀ ਹੈ ਮੇਰੀਆਂ ਤਿੰਨ ਧੀਆਂ ਵੇ ਕਿਵੇਂ ਪਾਲੂੰਗੀ ਵੀ ਤੁਸੀਂ ਜਾਓ ਮੈਨੂੰ ਦਵਾ ਦਿਓ ਤਾਂ ਕਹਿ ਖਾ ਕੇ ਭਈ ਲੋਕਾਂ ਨੇ ਚੰਗੇ ਬੰਦਿਆਂ ਨੇ ਕੁਛ ਤਾਂ ਹਾਂ ਤੱਕ ਹੱਥ ਪੜਿਆ ਉਹਦੋਂ ਜੋਬ ਦਵਾਤੀ ਜਦੋਂ ਜੋਬ ਦਵਾਤੀ ਫਿਰ ਘਰ ਚ ਹੋਰ ਵੀ ਰੋਲਾ ਪੈ ਗਿਆ ਜਦ ਫਿਰ ਉਹਨ ਕਹਿੰਦੇ ਘਰੋਂ ਭੱਜ ਜਾ ਫੜ ਤੂੰ ਬਸ ਉਹ ਕਹਿੰਦੀ ਮੈਨ ਇੱਕ ਕਮਰਾ ਦੇ ਦਿਓ ਦੇਖੋ ਮੈਂ ਆਪ ਦੀ ਧੀਆਂ ਨੂੰ ਲੈ ਕੇ ਬੈਠੀ ਰਹੂੰਗੀ ਲੋਕਾਂ ਨੂੰ ਡਰ ਰਹੂਗਾ ਵੀ ਇਹ ਨਾ ਤੇ ਆਈ ਚਾਚੇ ਨੇ ਨਾ ਇਹ ਦਾਦੀ ਐ ਸਿਰ ਤੇ ਕਹਿੰਦੇ ਨਾ ਜੀ ਨਾ ਅਸੀਂ ਨਹੀਂ ਇਹ ਜਾ ਕਰਦੇ ਜਿੱਥੇ ਮਰਜੀ ਜਾਓ ਸਾਡੇ ਕੰਨੀ ਉਦਾ ਘਰੋਂ ਕੱਢਦਾ ਜਦੋਂ ਉਹ ਵਿਚਾਰੀ ਫਿਰੇ ਭਟਕਦੀ ਕਿੱਥੇ ਜਾਵਾ ਤਾਂ ਜਿਹੜਾ ਸਰਕੂਲ ਦਾ ਪ੍ਰਧਾਨ ਸੀ ਸਰਕਾਰੀ ਸਕੂਲ ਦਾ ਮਾਸਟਰ ਤਉਹਨੂੰ ਦਇਆ ਆ ਗਈ ਤਾਂ ਉਹ ਕਹਿਣ ਲੱਗਿਆ ਵੀ ਐਂ ਕਰੋ ਤੁਸੀਂ ਮੈਡਮ ਉੱਥੇ ਹੀ ਲੱਗੀ ਹੋਈ ਸੀ ਉਹ ਵੀ ਕੋਚੇਰ ਤੁਸੀਂ ਇੱਥੇ ਰਹਿ ਲਓ ਆਦੇ ਬੱਚਿਆਂ ਲੈ ਕੇ ਸਕੂਲ ਚ ਮੈਂ ਤਾਂ ਇੰਨੇ ਹੀ ਕਰ ਸਕਦਾ ਥੋੜੇ ਵਾਸਤੇ ਤੁਸੀਂ ਉਦੋਂ ਨੂੰ ਕਮਰਾ ਪਾੜ ਲਿਓ ਉਹ ਕਹਿੰਦੀ ਇਹ ਵੀ ਠੀਕ ਹੈ ਕੋਚੇਰ ਉਹ ਸਕੂਲ ਚ ਰਹਿਣ ਲੱਗ ਗਿਆ ਆਦੇ ਬੱਚਿਆਂ ਲੈ ਕੇ ਤਾਂ ਜਿਹੜੀਆਂ ਉਹ ਜਠਾਣੀਆਂ ਤੇ ਸੱਸ ਉਹਨਾਂ ਨੇ ਤਿੰਨ ਦਿਨ ਰਲ ਕੇ ਉਹ ਗੱਲਾਂ ਬਣਾਤੀਆਂ ਉਹਨਾਂ ਦੀ ਵੀ ਉਹਨੂੰ ਤਾਂ ਗਲਤ ਸਾਬਤ ਕਰਤਾ ਜਦੋਂ ਉਹਦੀ ਬੇਇੱਜ਼ਤੀ ਹੋਣ ਲੱਗੀ ਇੰਨੀ ਉਹਨੇ ਸੋਚਿਆ ਵੀ ਆਪਾਂ ਇੱਥੇ ਕੀ ਕਰਨਾ ਉਹਨੇ ਆਪਦੀ ਬਦਲੀ ਕਰਾ ਲਈ ਉੱਥੇ ਕਰਾ ਕੇ ਜਾ ਕੇ ਕਿਸੇ ਹੋਰ ਸ਼ਹਿਰ ਵਗੀ ਉੱਥੇ ਜਾ ਕੇ ਆਪ ਦਾ ਕਰਨ ਲੱਗੀ ਕੰਮ ਧੰਦਾ ਤੇ ਛੋਟਾ ਜਾਂਦਾ ਨੇ ਮਕਾਨ ਲੈ ਲਿਆ ਪਹਿਲਾਂ ਫਿਰ ਜਦੋਂ ਉਹਦਾ ਠੀਕ ਠਾਕ ਹੋ ਗਿਆ ਸਭ ਕੁਝ ਤਾਂ ਫਿਰ ਥੋੜਾ ਜਿਹਾ ਵਧੀਆ ਮਕਾਨ ਬਣਾ ਲਿਆ ਤਾਂ ਉਹਦੀ ਵੱਡੀਆਂ ਧੀਆਂ ਜਿਹੜੀਆਂ ਪੂਰੇ ਦਾਖੜੇ ਘਰ ਵੈਨੀਆਂ ਹੁੰਨ ਤਾਂ ਉਹ ਪੂਰੀ ਹੈਲਪ ਕਰਦੇ ਤੇ ਰਹਿ ਗਈ ਹੁਣ ਛੋਟੀ ਜਿਹੜੀ ਰੋਜੀ ਸੀ ਰੋਬੀ ਵਿਚਾਰੀ ਉਹ ਕਹਿੰਦੀ ਮੈਂ ਤਾਂ ਡਾਕਟਰ ਬਣਨਾ ਹੈ ਉਹਦੀ ਮਨ ਨੂੰ ਉਹਦੇ ਇੱਕ ਪੈਰ ਦੇ ਵਿੱਚ ਕੀ ਸੀ ਲੰਗੜੀ ਸੀ ਉਹ ਜਿਵੇਂ ਆਪਾਂ ਕਹਿੰਦੇ ਆਧ ਰੰਗ ਹੋ ਗਿਆ ਉਹਨੂੰ ਕਿਤੇ ਬਚਪਨ ਜੀ ਨਾਂ ਸਾਹਮਣ ਗੰਨੀਓ ਕੁਛ ਤਾਂ ਉਹਦੀ ਕੇਅਰ ਨਹੀਂ ਹੋਈ ਕਿ ਸਕੂਲਾਂ ਚ ਫਿਰਦੀ ਦੀ ਮਾਂ ਉਹਦੀ ਵਿਚਾਰੀ ਤਾਂ ਉਹਨੂੰ ਅਧ ਰੰਗ ਹੋ ਗਿਆ ਉਹਦਾ ਇਲਾਜ ਬਹੁਤ ਕਰਾਇਆ ਉਹਨੇ ਪਰ ਉਹਦੇ ਕਮੀ ਰਹਿ ਗਈ ਲੰਗ ਮਾਰਦੀ ਸੀ ਤੋ ਕਹਿਣ ਲੱਗੀ ਮੰਮੀ ਮੈਂ ਡਾਕਟਰ ਬਣਾਂਗੀ ਤੋ ਉਹਦੀਆਂ ਵੱਡੀਆਂ ਭੈਣਾਂ ਤੇ ਜੀਜੇ ਉਹ ਕਹਿੰਦੇ ਕੋਈ ਗੱਲ ਨਹੀਂ ਪੈਸੇ ਅਸੀਂ ਲਾਵਾਂਗੇ ਉਹਦੀ ਮੰਮੀ ਤਾਂ ਕੀ ਲਾ ਸਕਦੀ ਸੀ ਵਿਚਾਰੀ ਹੋਰ ਕੋਈ ਪ੍ਰਾਪਰਟੀ ਹੈ ਨਹੀਂ ਸੀ ਤੋ ਉਹਨਾਂ ਨੇ ਬਹੁਤ ਖਰਚਾ ਕਰਿਆ ਇੱਕ ਪ੍ਰੋਫੈਸਰ ਸੀਗਾ ਉਹਨੇ ਬਹੁਤ ਖਰਚਾ ਕਰਿਆ ਹੁਣ 2.5 ਸਾਲ ਉਹਦੀ ਕੋਈ ਫੀਸ ਨਹੀਂ ਲੀ ਕਹਿੰਦੇ ਬਸ ਪੜਿਆ ਕਰ ਇਹ ਮੇਰਾ ਕੰਮ ਹੈ ਕਹਿੰਦੇ ਬਾਅਦ ਚ ਲਵਾਵਾਂਗੀ ਫਿਰ ਜਦੋਂ ਕਿਤੇ ਲੱਗ ਗਈ ਤੇ ਸਾਰੀ ਗੱਲਾਂ ਉਹਦੀ ਮੰਮੀ ਬੈਠੀ ਸੋਚੀ ਜਾਂਦੀ ਵੀ ਸਾਨੂੰ ਕਿਵੇਂ ਕਿਵੇਂ ਇਹਨਾਂ ਨੇ ਘਰੋਂ ਕੱਢਿਆ ਦੇਖੋ ਪੂਰੀ ਤਰ੍ਹਾਂ ਤਾਂ ਜਦੋਂ ਉਹ ਵਹਿ ਗਈ ਮਾਈ ਉੱਠ ਕੇ ਮਾਤਾ ਤਾਂ ਆਪਦੀ ਨੂੰ ਨੂੰ ਕਹਿਣ ਲੱਗੀ ਵੀ ਕਹਿੰਦੀ ਮੈਨੂੰ ਮaaf ਕਰ ਦੇ ਕਹਿੰਦੀ ਜਿਹੜੀਆਂ ਅਸੀਂ ਤੇਰੇ ਨਾਲ ਕਰੀਆਂ ਸੀ ਕਹਿੰਦੀ ਹੱਜੋ ਸਾਡੇ ਤੇ ਪੈ ਗਈਆਂ ਕਹਿੰਦੀ ਮੇਰੇ ਤੇ ਪੈ ਗਈਆਂ ਕੱਲੀ ਤੇ ਉਹਨਾਂ ਦਾ ਮਗਰ ਲੱਗ ਲੱਗ ਕੇ ਕਹਿੰਦੀ ਉਹਨਾਂ ਦਾ ਕੁਝ ਨਹੀਂ ਕਿਹਾ ਕਹਿੰਦੀ ਉਹ ਤਾਂ ਉਹ ਫਿਰ ਦਿਨ ਚੰਗੇ ਭਲੇ ਕਹਿੰਦੀ ਉਹਨੇ ਸਾਰਾ ਕੁਝ ਉਸ ਮੇਰੇ ਆਪਦੇ ਨਾਲ ਵਾਲਿਆ। ਆਪਦੇ ਨੂੰ ਨੂੰ ਦੱਸਦੀ ਰੋ ਰੋ ਕੇ। ਉਹ ਕਹਿੰਦੀ ਫੇਰ ਕੀ ਹੋ ਗਿਆ? ਤੂੰ ਰਹਿਣ ਦੇ ਵਾਸਤੇ ਸਾਡੇ ਕੋਲ ਆ। ਕਹਿੰਦੀ ਪੁੱਤ ਮੈਂ ਤੇਰੇ ਕੋਲ ਕਿਵੇਂ ਰਹਿ ਸਕਦੀ ਆ? ਅਸ ਤਾਂ ਕਿੰਨੀ ਮਾੜੀ ਕੀਤੀ ਤੇਰਾ ਦਿਨ ਘਰੋਂ ਕੱਢਤਾ। ਤੇਰਾ ਕੋਈ ਹਿੱਸਾ ਨਹੀਂ ਇਹਨੇ ਘਰ ਚੋਂ ਆਇਆ ਤੈਨੂੰ ਦਿੱਤਾ ਕਿਸੇ ਨੇ। ਉਹ ਵੀ ਉਹਦੇ ਨਾਲ ਵਾਤਾ ਕਹਿੰਦੀ। ਇਹ ਕਾਦੇ ਹੱਕ ਤੇ ਮੈਂ ਤੇਰੇ ਕੋਲ ਰੋਟੀ ਖਾਉਂਗੀ ਬਹਿ ਕੇ। ਉਹ ਕਹਿੰਦੀ ਹੱਕ ਇਹੀ ਐ। ਤੂੰ ਮੇਰੇ ਬੰਦੇ ਦੀ ਮਾਂ ਐ, ਮੇਰੇ ਬੱਚਿਆਂ ਦੀ ਦਾਦੀ ਐ, ਮੇਰੀ ਸੱਸ ਐ। ਬਸ ਤੂੰ ਸਾਡੀ ਮਾਂ ਹੈਂਗੇ ਜੀ ਇਹੀ ਹੱਕ ਹੈਗੇ ਸਭ ਤੋਂ ਵੱਡਾ ਤੇਰਾ ਤੇਰਾ ਹੱਕ ਸਦਾ ਰਹੂਗਾ ਜੀ ਹੱਕ ਜਿਹੜੇ ਚੀਜ਼ਾਂ ਨਾਲ ਨਹੀਂ ਰਹਿੰਦਾ ਹੁੰਦਾ ਵੀ ਪਿਆਰ ਨਾਲ ਹੀ ਰਹਿੰਦਾ ਆਉਦੇ ਸਤਕਾਰ ਨਾਲ ਵੀ ਸਾਡਾ ਵੱਡਾ ਹੈ ਕੋਈ ਅਸੀਂ ਵੱਡੇ ਜੋ ਕਰਕੇ ਕਰਕੇ ਆਪੇ ਕਦੇ ਨਾ ਕਦੇ ਉਹੀ ਮਾਤਾ ਵਾਂਗੂ ਦੇਣੀਆਂ ਪੈਂਦੀਆਂ ਨੇ ਵੱਡਿਆਂ ਨੂੰ ਫਿਰ ਆਪੇ ਭਰਦਾ ਹੈ ਅਗਲਾ ਕਹਿੰਦੀ ਹੁਣ ਫਿਰ ਮੈਂ ਉਹ ਗੱਲਾਂ ਕਰੀ ਜਾਂਦੀਆਂ ਨੇ ਉੱਤਰ ਰੂਬੀ ਆ ਗਈ ਕਹਿੰਦੀ ਹੁਣ ਰੂਬੀ ਆ ਕੇ ਚਿੰਬੜ ਗਈ ਜੋ ਪਤਾ ਲੱਗਿਆ ਨੂੰ ਕਹਿੰਦੀ ਤੇਰੀ ਦਾਦੀ ਹੈ ਰੂਬੀ ਇਹ ਸਾਰੀ ਗੱਲਾਂ ਸੁਣ ਲਈਆਂ ਨੇ ਪਿੱਛੇ ਖੜ ਕੇ ਰੂਬੀ ਚਿੰਬੜ ਗਈ ਰੂਬੀ ਨੂੰ ਕਹਿੰਦੀ ਪੁੱਤ ਮੈਨੂੰ ਹੁਣ ਤੁਸੀਂ ਜਾਣ ਦਿਓ ਰੂਬੀ ਕਹਿੰਦੀ ਤੂੰ ਕਿਤੇ ਨਹੀਂ ਜਾਣਾ ਤੂੰ ਮੇਰੀ ਦਾਦੀ ਹੈ ਕਹਿੰਦੀ ਉਹ ਕਹਿੰਦੀ ਤੇਰੀ ਦਾਦੀ ਤਾਂ ਹੈ ਗਈਆਂ ਮੈਂ ਤੁਹਾਡਾ ਬਹੁਤ ਮਾੜੇ ਕੰਮ ਕਰਿਆ ਘਰੋਂ ਕੱਢਿਆ ਤੁਹਾਨੂੰ ਰੂਬੀ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਕਾ ਸੀਦਾ ਬਹੁਤ ਛੋਟੀ ਸੀ ਕਹਿੰਦੀ ਮੈਂ ਤਾਂ ਅੱਜ ਦੇਖਦੀ ਮੇਰੀ ਦਾਦੀ ਹੈਗੀ ਹੈ ਕਹਿੰਦੀ ਕੰਦੀ ਕੱਲੀ ਮਾਰ ਆ ਤਾਂ ਹੱਸ ਕੇ ਕਹਿੰਦੀ ਮੈਂ ਬੋਰ ਹੋ ਗਈ ਸੀ ਬਹੁਤ ਜ਼ਿਆਦੇ ਕਹਿੰਦੀ ਹੁਣ ਮੈਨੂੰ ਦੋ ਮਿਲ ਗਈਆਂ ਇੱਕ ਦਾਦੀ ਹੋ ਗਈ ਹੁਣ ਕਹਿੰਦੀ ਮੈਨੂੰ ਵਧੀਆ ਐ ਮੈਂ ਤੈਨੂੰ ਕਿਤੇ ਨਹੀਂ ਜਾਣ ਦਿੰਦੀ ਹਾਉ ਦੇ ਕੋਲੇ ਰੱਖੂੰਗੀ ਇੱਥੇ ਅਸੀਂ ਤੇਰੀ ਦੇਖਭਾਲ ਕਰਾਂਗੇ ਤਾਂ ਦਾਦੀ ਬੋਲੀ ਜਾਂਦੀ ਹੈ ਹਟਦੀ ਨਹੀਂ ਤੇ ਰੂਬੀ ਕਹਿੰਦੀ ਜੇ ਤੂੰ ਕਹਿੰਦੀ ਬੋਲੀਗੀ ਨਾ ਐ ਹਟੀਆਂ ਕਹਿੰਦੀ ਦੇਖ ਲੈ ਵੱਡੇ ਵੱਡੇ ਟੀਕੇ ਲਾ ਦਾਂ ਤੇਰੇ ਭਰ ਕੇ ਦੋ ਤੈਨੂੰ ਪਤਾ ਹੈ ਮੈਂ ਡਾਕਟਰ ਆ ਦਾਦੀ ਹੱਸਣ ਲੱਗ ਜਾਂਦੀ ਹੈ ਇੰਜੂ ਆ ਜਾਂਦੇ ਦਾਦੀ ਦੇ ਅੱਖਾਂ ਚ ਤੇ ਹਜੇ ਉਹ ਆਪ ਦਾ ਵਿਚਾਰੀਆਂ ਦੁੱਖ ਸੋ ਕਰੀ ਜਾਂਦੀਆਂ ਨੇ ਰੋਈ ਜਾਂਦੀਆਂ ਨੇ ਤਾਂ ਉਦੋਂ ਨੂੰ ਬਾਹਰੋਂ ਬਾਜਪਾ ਮਾਰਦਾ ਕੋਈ ਆ ਕੇ ਤਾਂ ਆ ਕੇ ਕਹਿੰਦਾ ਰੂਬੀ ਬੇਟੇ ਕਰਈਏ ਉਹ ਕਹਿੰਦੇ ਹਾਂ ਜੀ ਹਾਂ ਜੀ ਦੇਖਿਆ ਤਾਂ ਪ੍ਰੋਫੈਸਰ ਆ ਗਿਆ ਤਾਂ ਕਿ ਮਜ਼ਾਕ ਵਿੱਚ ਹੱਸਣ ਲੱਗ ਗਿਆ ਰੂਬੀ ਦੀ ਮੰਮੀ ਨੂੰ ਕਹਿੰਦਾ ਭੈਣ ਜੀ ਮੈਂ ਤਾਂ ਉਹਦੀ ਫੀਸ ਲੈਣ ਆਇਆ ਕਹਿੰਦਾ ਹੁਣ ਤਾਂ ਬੇਟੀ ਵੀ ਡਾਕਟਰ ਬਣ ਗਈ ਉਹ ਕਹਿੰਦੀ ਹਾਂ ਵੀਰ ਜੀ ਤੁਸੀਂ ਬੈਠੋ ਉਹ ਬਹਿ ਜਾਂਦਾ ਰੂਬੀ ਕਹਿੰਦੀ ਮੈਂ ਚਾਹ ਪਾਣੀ ਬਣਾ ਕੇ ਲਿਆਉਂਦੀ ਹਾਂ ਕਹਿੰਦਾ ਚਾਹ ਤਾਂ ਪੀਵਾਂਗਾ ਪਹਿਲ ਫੀਸ ਦੱਸੋ ਕਦੋਂ ਦੇਵੋਗੇ ਉਹ ਕਹਿੰਦੇ ਤੁਸੀਂ ਐਂ ਦੱਸੋ ਸਾਨੂੰ ਥੋੜੀ ਫੀਸ ਕਿੰਨੀ ਹੈ ਵੀਰ ਜੀ ਉਹਦੀ ਮੰਮੀ ਕਹਿੰਦੀ ਉਹ ਕਹਿੰਦਾ ਫੀਸ ਤਾਂ ਮੇਰੀ ਇਹੀ ਹੈ ਮੈਂ ਰੂਬੀ ਬੇਟੇ ਦਾ ਹੱਥ ਮੰਗਣਾ ਚਾਹੁੰਦਾ ਆਪਦੇ ਬੇਟੇ ਵਾਸਤੇ ਕਹਿੰਦਾ ਮੈਂ ਅਜ ਨੂ ਬਣਾਉਣਾ ਚਾਹੁੰਦਾ ਤੋ ਸੁਣ ਕੇ ਹੈਰਾਨ ਹੋ ਜਾਂਦੀ ਏ ਉਹਦੀ ਮਾਂ ਵੀ ਕਿੱਥੇ ਇਹਦੇ ਬੇਟਾ ਡਾਕਟਰ ਆਪਦਾ ਹਸਪਤਾਲ ਉਹਨਾਂ ਦਾ ਐਡਾ ਵੱਡਾ ਡਾਕਟਰ ਤੇ ਕਿੱਥੇ ਰੂਬੀ ਤੋ ਕਹਿੰਦੀ ਵੀ ਚਾਹ ਪਾਣੀ ਲਿਆਉਂਦੀ ਏ ਰੂਬੀ ਜਾ ਕੇ ਅੰਦਰੋਂ ਚਾਹ ਪਾਣੀ ਪਿਆਉਂਦੀ ਏ ਅੰਕਲ ਤੋ ਕਹਿਣ ਲੱਗੀ ਵੀ ਦੇਖੋ ਜੀ ਮੇਰੇ ਤਾਂ ਕੁੜੀ ਦੇ ਤੁਹਾਨੂੰ ਪਤਾ ਵੀ ਅਧਰੰਗ ਕਰਕੇ ਥੋੜਾ ਜਿਹਾ ਲੰਗ ਮਾਰਦੀ ਵੀ ਤੁਹਾਡਾ ਬੇਟਾ ਕੀ ਇਹਨੂੰ ਉਹ ਕਰੂਗਾ ਵੀ? ਤੋਂ ਤੁਸੀਂ ਤਾਂ ਕਹਿ ਰਹੇ ਹੋ ਉਹ ਕਹਿੰਦਾ ਤਾਂ ਚਿੰਤਾ ਨਾ ਕਰ ਕਹਿੰਦਾ ਮੇਰੇ ਬੇਟੇ ਨੂੰ ਪਤਾ ਸਰਗਾ ਵੀ ਸਾਨੂੰ ਇੰਨੀ ਕਾਬਲ ਤੇ ਦਇਆ ਕਰਨ ਵਾਲੀ ਕੋਈ ਕੁੜੀ ਨਹੀਂ ਮਿਲੂਗੀ ਇਹਦੇ ਵਰਗੀ ਰੂਬੀ ਵਰਗੀ ਇਹਦਾ ਮਾਨ ਇੰਨਾ ਸਾਫ ਹੈ ਅਸੀਂ ਪਹਿਲਾਂ ਤੈਨੂੰ ਜਾਣਦੇ ਹਾਂ ਅਸੀਂ ਪਿਓ ਪੁੱਤਾਂ ਨੇ ਇਹੀ ਸਲਾਹ ਕਰੀਏ ਵੀ ਮੇਰੇ ਬੇਟੇ ਵਾਸਤੇ ਰੂਬੀ ਨਾਲ ਵਧੀਆ ਕੁੜੀ ਮਿਲ ਨਹੀਂ ਸਕਦੀ ਕੋਈ ਵੀ ਤੇ ਉਹਦੀ ਮਾਂ ਖੁਸ਼ ਹੋ ਜਾਂਦੀ ਹੈ ਦਿਨ ਤਰੀਕ ਧਰ ਲੈਂਦੇ ਐ ਰੂਬੀ ਦਾ ਵਿਆਹ ਹੋ ਜਾਂਦਾ ਹੈ ਫਿਰ ਰੂਬੀ ਆਪਦੇ ਘਰ ਆ ਜ ਨੂੰ ਕਹਿੰਦੀ ਏ ਵੀ ਦੇਖੋ ਜੀ ਕਹਿੰਦੀ ਮੇਰੀ ਤਾਂ ਹੁਣ ਪਿੱਛੇ ਕੋਈ ਨਹੀਂ ਮੇਰੇ ਭੈਣਾਂ ਤਾਂ ਕਹਿੰਦੀ ਦੂਰ ਵੈਈਆਂ ਆਈਆਂ ਵਿਚਾਰੀਆਂ ਕਦੇ ਆਉਂਦੀਆਂ ਨਹੀਂ ਵੀ ਮੇਰੀ ਮਾਂ ਦੀ ਤਾਂ ਮੇਰੀ ਜ਼ਿੰਮੇਵਾਰੀ ਹੈ ਹੁਣ ਤੱਕ ਮੈਂ ਦੇਖਦੀ ਆ ਇਹਨੂੰ ਹੁਣ ਨਾਲ ਦਾਦੀ ਵੀ ਹੋ ਗਈ ਉਹ ਕਹਿੰਦਾ ਇਹ ਮਾਂ ਤੇਰੀ ਨਹੀਂ ਹੈਗੀ ਰੂਬੀ ਕਹਿੰਦੀ ਦੇਖ ਦੋ ਮਾਂ ਪਿਓ ਮੇਰੇ ਉੱਥੇ ਨੇ ਤੁਹਾਡੇ ਘਰੇ ਦੋ ਏ ਨੇ ਕਹਿੰਦੀ ਇਹ ਵੀ ਸੰਭਾਲਨੀ ਪੈਣੀ ਹੈ ਉਹ ਕਹਿੰਦਾ ਤੂੰ ਚਿੰਤਾ ਨਾ ਕਰ ਕਹਿੰਦਾ ਜਿਵੇਂ ਤੇਰੇ ਮਾਂ ਪਿਓ ਨੇ ਉਹ ਕਹਿੰਦਾ ਮਾਂ ਤੇ ਦਾਦੀ ਏ ਮੇਰੀਆਂ ਵੀ ਨੇ ਇਹਨਾਂ ਆਪਾਂ ਰਲ ਕੇ ਸੰਭਾਲਾਂਗੇ ਤਾਂ ਪੂਰੇ ਖੁਸ਼ ਹੋ ਜਾਂਦੇ ਸਾਰੀ ਫੈਮਿਲੀ ਰਲ ਕੇ ਰਹਿੰਦੇ ਆ ਤੇ ਜਿਵੇਂ ਕਹਿੰਦੇ ਰੂਬੀ ਪੁੰਨ ਕਰਦੀ ਸੀ ਗਰੀਬਾਂ ਜਾਂ ਕੇ ਦਵਾਈਆਂ ਦਿੰਦੀ ਸੀ ਚੰਗੀ ਸੋਚ ਰੱਖਦੀ ਸੀ ਦੂਜਿਆਂ ਵਾਸਤੇ ਡਿੱਗੇ ਪਿਆ ਨੂੰ ਚੱਕਦੀ ਸੀ ਉਹਨੂੰ ਕਿਹੜਾ ਪਤਾ ਹੈ ਮੇਰੀ ਦਾਦੀ ਐ ਤਾਂ ਦੇਖੋ ਪਰਮਾਤਮਾ ਨੇ ਇੱਡਾ ਵੱਡਾ ਫਲ ਦੇਤਾ ਉਹਨੂੰ ਉਹਦੀ ਤਪੱਸਿਆ ਦਾ ਤਾਂ ਪਰਮਾਤਮਾ ਸਾਹਿਬ ਨੂੰ ਇਹੋ ਜੀ ਗੱਲ ਨਹੀਂ ਜੇ ਆਪਾਂ ਚੰਗੀ ਸੋਚ ਰੱਖ ਕੇ ਚੱਲਦੇ ਆ ਤਾਂ ਹਮੇਸ਼ਾ ਆਪਾਂ ਨੂੰ ਚੰਗਾ ਫਲ ਮਿਲਦਾ ਉਹ ਚੀਜ਼ ਦਾ ਤਾਂ ਆਪਣੀ ਅੱਜ ਦੀ ਇਹੀ ਕਹਾਣੀ ਸੀ ਸਾਡੀ ਸਾਰੀ ਕਹਾਣੀ ਸੁਣਨ ਵਾਸਤੇ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ